ਅੱਜ ਕੇਜਰੀਵਾਲ ਸਾਹਿਬ ਨੇ ਆਪਣੇ ਸੀਐਮ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ, ਜਿਸ ਤੋਂ ਬਾਅਦ ਪੂਰੇ ਭਾਰਤ ਦੀ ਸਿਆਸਤ ਜਿਹੜੀ ਹੈ ਉਹ ਭੱਗ ਗਈ ਹੈ। ਕੀ ਕੇਜਰੀਵਾਲ ਸਾਹਿਬ ਦੇ ਅਸਤੀਫੇ ਦੇਣ ਦੀ ਇਹ ਸਟ੍ਰੈਟਜੀ ਸਕ੍ਰਿਪਟਡ ਸੀ? ਸਕ੍ਰਿਪਟ ਲਿਖੀ ਗਈ ਹੈ ਇਸਦੀ ਪੂਰੀ? ਇਹਦੇ ਪਿੱਛੇ ਡਰਾਮੇ ਦੇ ਪਿੱਛੇ ਹੈ ਕੀ ਹੈ? ਕੀ ਇਹ ਕਹਾਣੀ ਕੀ ਹੈ? ਕੀ ਇਹ ਆਪਣੀ ਵਾਈਫ ਨੂੰ ਸੀਐਮ ਬਣਾਉਣਾ ਚਾਹੁੰਦੇ ਹੈ? ਕੀ ਮਨੀਸ਼ ਸਿਸੋਦੀਆ ਨੂੰ ਵੀ ਖੂੰਜੇ ਲਾਉਣਾ ਚਾਹੁੰਦੇ ਹੈ? ਕੀ ਆਖਿਰ ਅਰਵਿੰਦ ਕੇਜਰੀਵਾਲ ਦੇ ਕੋਲੇ ਕੋਈ ਹੋਰ ਵੀ ਰਾਹ ਸੀਗਾ ਜਾਂ ਨਹੀਂ, ਜਾਂ ਰਾਹ ਸਾਰੇ ਬੰਦ ਹੋ ਗਏ ਸੀ? ਇਸੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ। ਇਹ ਹੀਰੋ ਬਣਾਇਆ ਜਾ ਰਿਹਾ, ਹੀਰੋ ਕਿਉਂ ਬਣਾਇਆ ਜਾ ਰਿਹਾ, ਔਰ ਸਾਰੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ, ਜਿਹੜੀਆਂ ਆਮ ਆਦਮੀ ਪਾਰਟੀ ਦੇ ਵੱਲੋਂ ਲੁਕੋਈਆਂ ਜਾ ਰਹੀਆਂ। ਔਰ ਉਧਰ ਭਗਵੰਤ ਮਾਨ ਦੇ ਲਈ ਖਤਰੇ ਦੀ ਘੰਟੀ ਕੀ ਹੈ? ਉਧਰ ਹੋਰਾਂ ਦੇ ਲਈ ਖਤਰੇ ਦੀ ਘੰਟੀ ਕੀ ਹੈ? ਅਰਵਿੰਦ ਕੇਜਰੀਵਾਲ ਦਾ ਇਹ ਫੈਸਲਾ, ਉਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ। ਔਰ ਮੇਰੇ ਨਾਲ ਡਾਕਟਰ ਭੱਟੀ ਸਾਹਿਬ ਜੁੜੇ ਆ, ਗੱਲਬਾਤ ਕਰਨੀ ਹੈ ਕਿ ਆਉਣ ਵਾਲੇ ਦਿਨਾਂ 'ਚ ਕਿਤੇ ਭਗਵੰਤ ਮਾਨ ਦਾ ਵਿਧਨ ਕੋਈ ਅਸਤੀਫਾ ਲੈ ਲਿਆ ਜਾਊ। ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਗੱਲਾਂ ਕਰਾਂਗੇ। ਪਹਿਲਾਂ ਮੈਂ ਸਵਾਗਤ ਕਰਦਾ ਹਾਂ, ਭੱਟੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ। ਯੈਸ ਕਵਿੰਦਰ ਜੀ, ਸਤਿ ਸ੍ਰੀ ਅਕਾਲ ਸਰੋਤਿਆਂ, ਦਰਸ਼ਕਾਂ, ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਭੱਟੀ ਸਾਹਿਬ, ਅੱਜ ਕੇਜਰੀਵਾਲ ਸਾਹਿਬ ਨੇ ਐਲਾਨ ਕਰ ਦਿੱਤਾ ਅਸਤੀਫੇ ਦਾ। ਕਹਿੰਦੇ ਕਿ ਮੈਂ 2-3 ਦਿਨਾਂ ਬਾਅਦ ਅਸਤੀਫਾ ਦੇ ਦੇਣਾ ਹੈ ਤੇ ਮੈਂ ਜਨਤਾ ਦੀ ਅਦਾਲਤ ਦੇ ਵਿੱਚ ਜਾਊਂਗਾ, ਤੇ ਜੇ ਜਨਤਾ ਦੀ ਅਦਾਲਤ ਮੈਨੂੰ ਬਰੀ ਕਰ ਦਿੰਦੀ ਹੈ, ਜਨਤਾ ਦੀ ਅਦਾਲਤ ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇ ਦਿੰਦੀ ਹੈ, ਤਾਂ ਹੀ ਮੈਂ ਦੁਬਾਰਾ ਸੀਐਮ ਦੀ ਕੁਰਸੀ ਤੇ ਬੈਠੂਗਾ, ਨਹੀਂ ਤਾਂ ਮੈਂ ਸੀਐਮ ਦੀ ਕੁਰਸੀ ਤੇ ਨਹੀਂ ਬੈਠਣਾ। ਮੇਰੇ ਨਾਲ ਧੱਕਾ ਕੀਤਾ, ਮੈਨੂੰ ਬੇਈਮਾਨ ਸਿੱਧ ਕਰਨਾ ਚਾਹੁੰਦੀ ਹੈ ਭਾਜਪਾ ਤੇ ਕੇਂਦਰੀ ਏਜੰਸੀਆਂ, ਤੇ ਲੋਕ ਮੈਨੂੰ ਜੇ ਇਮਾਨਦਾਰੀ ਦਾ ਸਰਟੀਫਿਕੇਟ ਦੇਣਗੇ ਜਿਤਾ ਕੇ, ਤੇ ਮੈਂ ਜਿਹੜਾ ਦੁਬਾਰਾ ਸੀਐਮ ਦੀ ਕੁਰਸੀ ਤੇ ਬੈਠੂਗਾ। ਉਧਰ ਮੈਂ ਇਸੇ ਤੇ ਆਉਣਾ ਅਰਵਿੰਦ ਕੇਜਰੀਵਾਲ ਦੀ ਗੱਲ ਤੇ ਕਿ ਇਸ ਤਰੀਕੇ ਨਾਲ ਸਰਟੀਫਿਕੇਟ ਤਾਂ ਫਿਰ ਅੰਮ੍ਰਿਤਪਾਲ ਨੂੰ ਵੀ ਦੇਤਾ ਪੰਜਾਬ ਦੇ ਲੋਕਾਂ ਨੇ, ਪੰਜਾਬ ਦੀ ਜਨਤਾ ਨੇ, ਕਿ ਉਹ ਠੀਕ ਹੈ ਬੰਦਾ, ਤਾਂ ਫਿਰ ਤੁਸੀਂ ਵਾਰ ਵਾਰ ਉੱਤੇ ਪੰਜਾਬ ਸਰਕਾਰ NSA ਕਿਉਂ ਲਾ ਰਹੀ ਹੈ? ਜਦ ਇੱਥੇ ਜਨਤਾ ਨੇ ਸਰਟੀਫਿਕੇਟ ਦੇਤਾ, ਹੁਣ ਤੁਸੀਂ ਕਿਹੜਾ ਸਰਟੀਫਿਕੇਟ ਜਨਤਾ ਤੋਂ ਭਾਲਦੇ ਹੋ? ਇਹ ਵੀ ਇੱਕ ਗੱਲ ਆ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਇਹ ਡਰਾਮਾ ਅਰਵਿੰਦ ਕੇਜਰੀਵਾਲ ਦਾ? ਇਹ ਵੀ ਨਾਲ ਦੀ ਨਾਲ ਆਪਣੇ ਨਾਲ ਨਾਲ ਮਨੀਸ਼ ਸਿਸੋਦੀਆ ਸਾਹਿਬ ਨੂੰ ਵੀ ਫਸਾ ਲਿਆ, ਕਹਿੰਦੇ ਜੀ ਮਨੀਸ਼ ਸਿਸੋਦੀਆ ਵੀ ਨਹੀਂ ਬੈਠੂਗਾ। ਕਿਤੇ ਇਹ ਨਾ ਹੋਵੇ ਉਹਨਾਂ ਨੂੰ ਇਹ ਸੀਗਾ ਕਿ ਜੇ ਮੈਂ ਅਸਤੀਫਾ ਦੇ ਤਾ ਕਿਤੇ ਸਿਸੋਦੀਆ ਨੂੰ ਸੀਐਮ ਨਾ ਬਣਾਉਣਾ ਪੈ ਜੇ, ਇਹ ਵੀ ਗੱਲ ਹੈ। ਕਿਤੇ ਇਹ ਤਾਂ ਨਹੀਂ ਸੀ ਚੱਕਰ ਇਸੇ ਕਰਕੇ ਕਹਿੰਦਾ ਕਿ ਸਿਸੋਦੀਆ ਸਾਹਿਬ ਨਹੀਂ ਬੈਠਣਗੇ, ਉਹਨਾਂ ਤੇ ਵੀ ਮੇਰੇ ਵਾਂਗੂ ਆਰੋਪ ਲੱਗੇ ਹੋਏ ਆ? ਔਰ ਕੀ ਉਹ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ? ਕੀ ਇਹ ਸਾਰਾ ਕੁਝ ਸਕ੍ਰਿਪਟਡ ਹੈ? ਕੀ ਹੋਰ ਕੋਈ ਰਾਹ ਹੈ ਨਹੀਂ ਸੀ? ਕਿਉਂਕਿ ਜਿਵੇਂ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਕਿ ਤੁਸੀਂ ਨਾ ਤਾਂ ਦਫ਼ਤਰ ਜਾ ਸਕਦੇ ਹੋ ਜੀ, ਨਾ ਤੁਸੀਂ ਕਿਸੇ ਸਰਕਾਰੀ ਫਾਈਲ ਤੇ ਸਾਈਨ ਕਰ ਸਕਦੇ ਹੋ ਜੀ, ਉਸ ਤੋਂ ਬਾਅਦ ਸੀਐਮ ਤਾਂ ਸੀ, ਸੀਐਮ ਦੀਆਂ ਪਾਵਰਾਂ ਨਹੀਂ ਸੀ, ਇਸ ਕਰਕੇ ਰਾਹ ਕੋਈ ਨਹੀਂ ਸੀ ਅਸਤੀਫਾ ਦੇਣ ਤੋਂ ਬਿਨਾਂ, ਜਾਂ ਹੋਰ ਕਿਸੇ? ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ? ਇਹ ਜਿਸ ਤਰੀਕੇ ਨਾਲ ਦਿਖਾਇਆ ਜਾ ਰਿਹਾ, ਹੀਰੋ ਪੇਸ਼ ਕੀਤਾ ਜਾ ਰਿਹਾ, ਕਹਾਣੀ ਉਵੇਂ ਹੀ ਹੈ, ਜਾਂ ਇਹ ਸਕ੍ਰਿਪਟ ਸੀ ਜਾਂ ਮਜਬੂਰੀ ਹੈ? ਸੁਖਵਿੰਦਰ ਜੀ, ਦੇਖੋ ਗੱਲ ਇਹ ਹੈ, ਕਹਿੰਦੇ ਹੁੰਦੇ ਨੇ ਮਜਬੂਰੀ ਦਾ ਨਾਮ ਮਹਾਤਮਾ ਗਾਂਧੀ। ਸੋ ਗੱਲ ਤਾਂ ਅਸਲ ਦੇ ਵਿੱਚ ਇਹ ਹੈ ਕਿ ਜੋ ਕੁਛ ਵੀ ਵਾਪਰਿਆ ਪਿਛਲੇ ਸਮੇਂ ਦੇ ਦੌਰਾਨ, ਉਹਦੇ ਚੋਂ ਆਮ ਆਦਮੀ ਪਾਰਟੀ ਦਾ ਇਮੇਜ ਬਹੁਤ ਡਾਊਨ ਹੋਇਆ, ਪਰਟੀਕੁਲਰਲੀ ਕੇਜਰੀਵਾਲ ਸਾਹਿਬ ਦਾ ਜਿਹੜਾ ਇਮੇਜ ਹੈ, ਜਿਹੜਾ ਇੱਕ ਉਹਨਾਂ ਨੇ ਬਣਾਇਆ ਹੋਇਆ ਸੀ ਆਪਣੇ ਆਪ 'ਚ, ਜਿਹੜੇ ਉਹਨਾਂ ਦੇ ਦਾਇਰੇ ਤੋਂ ਬਾਹਰ ਵਾਲੇ ਬੰਦੇ ਨੂੰ, ਉਹਨਾਂ ਤੋਂ ਕੋਈ ਭੁਲੇਖਾ ਨਹੀਂ ਸੀ, ਪਰ ਕੁਛ ਸੈਕਸ਼ਨ ਜ਼ਰੂਰ ਨੇ ਜਿਨ੍ਹਾਂ ਦੇ ਵਿੱਚ ਉਹ ਇੱਕ ਆਪਣਾ ਸੈਲਫ ਇਮੇਜ ਰੱਖਦੇ ਨੇ ਵੀ ਅਸੀਂ ਬੜੇ ਕੱਟੜ ਇਮਾਨਦਾਰ ਹਾਂ, ਅਸੀਂ ਬਿਲਕੁਲ ਨਹੀਂ ਦੂਜਿਆਂ ਤੋਂ ਬਹੁਤ ਹੀ ਵੱਖਰੇ ਹਾਂ, ਸਿਆਸਤ ਬਦਲਣ ਆਇਆ, ਜੋ ਵੀ ਨਾਅਰੇ ਸੀਗੇ। ਮਤਲਬ ਉਹ ਪਿਛਲੇ ਜਿਹੜਾ ਜਿਸ ਤਰੀਕੇ ਦੇ ਨਾਲ ਪ੍ਰੋਸੀਡ ਹੋਇਆ ਇਹ, ਮਤਲਬ ਲਿਕਰ ਦਾ ਪਹਿਲਾਂ ਤਾਂ ਪੋਲਿਸੀ ਬਣਾਈ ਗਈ, ਫਿਰ ਉਹ ਪੋਲਿਸੀ ਵਾਪਸ ਲਈ ਗਈ, ਉਹਦੇ ਚੋਂ ਹੌਲੀ ਹੌਲੀ ਨਿਕਲਦੇ ਨਿਕਲਦੇ ਬੜਾ ਕੁਛ ਨਿਕਲ ਆਇਆ।
ਇਹ ਕਹਿੰਦੇ ਸੀ ਵੀ ਇੱਕ ਪੈਸਾ ਵੀ ਨਹੀਂ, ਮਨੀ ਟ੍ਰਾਇਲ ਕਿੱਥੇ ਹੈ, ਫਲਾਣਾ ਕਿੱਥੇ ਹੈ, ਫਿਰ ਕਹਿੰਦੇ ਕੇਸ ਹੀ ਕੋਈ ਨਹੀਂ ਬਣਦਾ, ਪਰ ਬਣਦੇ ਬਣਦੇ ਹੌਲੀ ਹੌਲੀ ਮਤਲਬ ਉਹ ਭਾਰਾ ਹੁੰਦਾ ਚੱਲਿਆ ਗਿਆ ਅਤੇ ਇਹਨਾਂ ਨੂੰ ਲਗਭਗ 6 ਮਹੀਨੇ ਜੇਲ੍ਹ ਕੱਟਣੀ ਪਈ। ਦੇਖੋ ਇਮਾਨਦਾਰੀ ਤਾਂ ਉਦੋਂ ਸੀਗੀ, ਇਹਨਾਂ ਦੇ ਨਾਲ ਹੀ ਲਗਭਗ ਸੇਮ ਟਾਈਪ ਦਾ ਹੀ ਕੇਸ ਦਰਜ ਕੀਤਾ ਗਿਆ ਸੀ ਹਿੰਮਤ ਸੋਰੇਨ ਦੇ ਉੱਪਰ। ਉਹਨੇ 2 ਮਿੰਟ ਨਹੀਂ ਲਾਏ, ਅਸਤੀਫਾ ਦਿੱਤਾ ਆਪਣੇ ਹੋਰ ਇੱਕ ਪਾਰਟੀ ਦੇ ਮੈਂਬਰ ਨੂੰ ਬਣਾ ਕੇ, ਮਤਲਬ ਉਹ ਕੰਮ ਉਹਨਾਂ ਨੇ ਸਟੇਟ ਦਾ ਚਲਾਇਆ। ਇਹਨਾਂ ਨੇ ਮਤਲਬ ਬਾਵਜੂਦ, ਮੇਰਾ ਖਿਆਲ ਹੈ ਹਿਸਟਰੀ ਪਹਿਲੀ ਵਾਰੀ ਹੋਇਆ ਹੈ ਕਿ ਇੱਕ ਸਿਟਿੰਗ ਸੀਐਮ ਹੈ ਜਿਹੜਾ ਉਹ ਜੇਲ੍ਹ ਦੇ ਵਿੱਚੋਂ ਹੀ ਕਹਿੰਦਾ ਮੈਂ ਸੀਐਮ ਦਾ ਕੰਮ ਚਲਾਉਂਦਾ। ਪਰ ਉਹ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਦਾ ਚੱਲਦਾ ਰਿਹਾ, ਜੋ ਹਾਲਾਤ ਹੋਈ ਹੈ, ਕੋਰਟਾਂ ਤੱਕ ਮਾਮਲੇ ਗਏ, ਕੋਰਟਾਂ ਨੇ ਟਿੱਪਣੀਆਂ ਕੀਤੀਆਂ ਕਿ ਜੀ ਇਸ ਤਰੀਕੇ ਦੇ ਨਾਲ ਕਿੱਦਾਂ ਕੰਮ ਚੱਲੂਗਾ। ਪਰ ਬੜਾ ਜ਼ੋਰ ਪਿਆ ਉਹਨਾਂ ਦੀ, ਆਪਣੇ ਸੰਜੇ ਸਿੰਘ ਦੀ ਜ਼ਮਾਨਤ ਹੋ ਗਈ ਸੀ ਬਾਹਰ ਸੀ, ਫਿਰ ਸਿਸੋਦੀਆ ਸਾਹਿਬ ਦੀ ਜ਼ਮਾਨਤ ਹੋ ਗਈ, ਪਰ ਅੰਦਰੋਂ ਅੰਦਰੀ ਪਤਾ ਨਹੀਂ ਜੋ ਕੁਛ ਵੀ ਹੋਇਆ। ਹੁਣੇ ਬਾਹਰ ਆਏ ਨੇ, ਆ ਕੇ ਇਹਨਾਂ ਨੇ ਹਾਲਾਤ ਦੇਖੀ ਹੈ, ਉਹਦੇ 'ਚ ਇਹ ਡੈਮੇਜ ਬਹੁਤ ਹੋ ਚੁੱਕਿਆ ਇਸ ਦੇ ਵਿੱਚ। ਉਹ ਗਰਾਊਂਡ ਰਿਐਲਿਟੀ ਨੂੰ ਕੋਈ ਟਰਨ ਦੇਣ ਦੇ ਲਈ, ਇਮੋਸ਼ਨਲ ਅਪੀਲ ਕਰਨ ਦੇ ਲਈ, ਵਿਕਟਮ ਕਾਰਡ ਖੇਡਣ ਦੇ ਲਈ ਉਹਨੇ ਕਿਹਾ ਜੀ ਮੈਂ ਤਾਂ ਹੁਣ ਛੱਡ ਰਿਹਾ, ਮੈਨੂੰ ਤਾਂ ਹੁਣ ਜਨਤਾ ਹੀ ਦੁਬਾਰਾ ਉਠਾਊਗੀ। ਅੱਛਾ, ਜਿਹੜਾ ਇਹ ਜਨਤਾ ਦਾ, ਜਿਸ ਤਰ੍ਹਾਂ ਅੰਮ੍ਰਿਤਪਾਲ ਸਿੰਘ ਦੀ ਵੀ ਗੱਲ ਹੈ, ਇਹ ਸੁਖਵਿੰਦਰ ਜਿਹੜੇ ਫੈਸਲੇ ਨੇ, ਕੁਛ ਫੈਸਲੇ ਹੁੰਦੇ ਨੇ ਜਿਹੜੇ ਜਨਤਾ ਦੀ ਓਪੀਨੀਅਨ 'ਤੇ ਡਿਪੈਂਡ ਕਰਦੇ, ਕੁਛ ਫੈਸਲੇ ਹੁੰਦੇ ਨੇ ਕਿ ਜਿਹੜੇ ਸੱਚ ਹੁੰਦਾ ਹੈ ਉਹ, ਚਾਹੇ ਮੈਂ ਕਹਿੰਦਾ ਵੀ ਦਿੱਲੀ ਦੀ ਜਨਤਾ ਕੀ, ਹਿੰਦੁਸਤਾਨ ਦੀ ਜਨਤਾ ਕੀ, ਸਾਰੇ ਦੁਨੀਆਂ ਦੀ ਜਨਤਾ ਵੋਟਾਂ ਪਾ ਦੇਵੇ ਵੀ ਸੂਰਜ ਨਹੀਂ ਚੜਿਆ ਹੋਇਆ, ਕੀ ਸੂਰਜ ਉਤਰ ਜੂਗਾ ਉਹਦੇ ਨਾਲ। ਜਿਹੜਾ ਸੱਚ ਹੁੰਦਾ ਨਾ ਸਾਡੇ ਵਿੱਚ, ਉਹ ਤੈਅ ਨਹੀਂ ਹੁੰਦਾ ਹੁੰਦਾ ਵੋਟਾਂ ਦਾ। ਇਹ ਕੀ ਕਰਦੇ ਨੇ, ਇਹ ਗੱਲ ਨੂੰ ਨਾ ਕਨਫਿਊਜ਼ ਕਰ ਲੈਂਦੇ ਨੇ ਬਹੁਤ ਜ਼ਿਆਦਾ ਕਿ ਜੀ ਦੇਖੋ ਇਸ ਤਰ੍ਹਾਂ ਹੋ ਗਿਆ ਜੀ, ਇਹ ਹੋ ਗਿਆ, ਉਹ ਹੋ ਗਿਆ, ਮਤਲਬ ਹੁਣ ਇਹ ਕਹਿ ਰਹੇ ਆ ਕਿ ਜਨਤਾ ਦੀ ਅਦਾਲਤ ਸਭ ਤੋਂ ਵੱਡੀ ਅਦਾਲਤ ਆ, ਠੀਕ ਆ ਮੰਨਦੇ ਆ, ਹੁਣ ਇਹ ਸੁਪਰੀਮ ਕੋਰਟ ਤੋਂ ਭੱਜ ਰਹੇ ਆ, ਤਾਂ ਕਹਿ ਰਿਹਾ ਕਿ ਜਨਤਾ ਦੀ ਅਦਾਲਤ ਸਭ ਤੋਂ ਵੱਡੀ ਅਦਾਲਤ ਆ। ਮੈਂ ਫਿਰ ਉੱਥੇ ਹੀ ਆ ਰਿਹਾ, ਡਾਕਟਰ ਸਾਹਿਬ ਨੇ ਤਾਂ ਚਲੋ ਕੋਟ ਕੀਤਾ, ਮੈਂ ਦੁਬਾਰਾ ਫਿਰ ਦਰਸ਼ਕਾਂ ਨੂੰ ਕਹਿ ਰਿਹਾ ਕਿ ਦਰਸ਼ਕਾਂ ਨੂੰ, ਲੋਕਾਂ ਨੂੰ ਇਹ ਗੱਲ ਦੀ ਧਿਆਨ ਦੇਣ ਦੀ ਲੋੜ ਹੈ, ਲੋਕਾਂ ਨੂੰ ਬੜੇ ਧਿਆਨ ਦੇਣ ਦੀ ਇਹ ਲੋੜ ਹੈ, ਖਾਸ ਕਰਕੇ ਪੰਜਾਬੀਆਂ ਨੂੰ। ਅਰਵਿੰਦ ਕੇਜਰੀਵਾਲ ਜਿਹੜੇ ਸਿੰਪਤੀ ਲੈਣਾ ਚਾਹੁੰਦੇ ਆ ਅਸਤੀਫਾ ਦੇ ਕੇ, ਅਰਵਿੰਦ ਕੇਜਰੀਵਾਲ ਕਹਿੰਦੇ ਕਿ ਮੈਂ ਅਸਤੀਫਾ ਦੇ ਕੇ ਪਾਸੇ ਹੋਣ ਲੱਗਿਆ ਤੇ ਜਦੋਂ ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਲੋਕ ਜਿਤਾ ਕੇ ਦੇ ਦੇਣਗੇ, ਕਿਉਂਕਿ ਭਾਜਪਾ ਤੇ ਕੇਂਦਰੀ ਏਜੰਸੀਆਂ ਮੈਨੂੰ ਬੇਈਮਾਨ ਸਿੱਧ ਕਰਨਾ ਚਾਹੁੰਦੀਆਂ ਤੇ ਮੈਂ ਅਸਤੀਫਾ ਦੇਣ ਲੱਗਿਆ, ਤੇ ਜਦੋਂ ਮੈਨੂੰ ਜਿਤਾ ਕੇ ਤੁਸੀਂ ਇਮਾਨਦਾਰੀ ਦਾ ਸਰਟੀਫਿਕੇਟ ਮੈਨੂੰ ਦੇ ਦੋਗੇ ਤਾਂ ਹੀ ਮੈਂ ਸੀਐਮ ਦੀ ਕੁਰਸੀ ਤੇ ਬੈਠੂੰਗਾ। ਹੁਣ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜਵਾਬ ਦੇਣ ਕਿ ਜਿਨ੍ਹਾਂ ਤੇ ਤੁਸੀਂ NSA ਲਾ ਕੇ ਜੇਲ੍ਹ ਚ ਧੱਕਤਾ, ਡਿਬਰੂਗੜ੍ਹ ਜੇਲ੍ਹ ਚ ਸੱਟਤਾ ਅੰਮ੍ਰਿਤਪਾਲ ਨੂੰ, ਉਹਨੂੰ ਵੀ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਉਹਨੂੰ ਸਰਟੀਫਿਕੇਟ ਦੇਤਾ ਕਿ ਭਾਈ ਬੰਦਾ ਠੀਕ ਹੈ, ਤੇ ਫਿਰ ਵੀ ਉਹਦੇ ਤੁਸੀਂ ਵਾਰ ਵਾਰ NSA ਕਿਉਂ ਲਾ ਰਹੇ ਹੋ, ਫਿਰ ਉਹਨੂੰ ਕਿਉਂ ਨਹੀਂ ਛੱਡਦੇ, ਤੇ ਹੁਣ ਫਿਰ ਤੁਸੀਂ ਕਿਹੜਾ ਸਰਟੀਫਿਕੇਟ ਭਾਲਦੇ ਹੋ ਜਿੱਤ ਕੇ ਲੋਕਾਂ ਤੋਂ? ਅੰਮ੍ਰਿਤਪਾਲ ਨੂੰ ਵੀ ਤਾਂ ਲੋਕਾਂ ਨੇ ਜਿਤਾਇਆ, ਉੱਥੇ ਵੀ ਜਵਾਬ ਦੇਣਾ ਚਾਹੀਦਾ ਭਗਵੰਤ ਮਾਨ ਤੇ ਕੇਜਰੀਵਾਲ ਨੂੰ। ਜੇ ਜਨਤਾ ਦੀ ਅਦਾਲਤ ਫਾਈਨਲ ਹੈ ਤਾਂ ਉਹਨੂੰ ਫਿਰ ਮੰਨ ਲੈਣਾ ਚਾਹੀਦਾ ਹੁੰਦਾ ਹੈ। ਇਹਨਾਂ ਨੂੰ BJP ਨੂੰ ਜਨਤਾ ਨੇ ਦਿੱਤਾ ਫਤਵਾ, 2 ਵਾਰੀ ਦਿੱਤਾ, ਤੀਜੀ ਵਾਰੀ ਚਲੋ ਥੋੜਾ ਬੇਸ਼ੱਕ ਲੰਗੜਾ ਵੀ ਹੈ, ਪਰ ਫਤਵਾ ਤਾਂ ਉਹਦੇ ਹੱਕ 'ਚ ਹੈ, ਉਹਨਾਂ ਨੂੰ ਮੰਨਣ, ਉਹਨੂੰ ਗਾਲਾਂ ਕਿਉਂ ਕੱਢ ਰਹੇ ਨੇ? ਮੋਦੀ ਸਾਹਿਬ ਦੇ ਖਿਲਾਫ ਇਹ ਖੜੇ ਹੋਏ ਜਾ ਕੇ ਇਹਨਾਂ ਨੂੰ ਫਤਵਾ ਦੇ ਦਿੱਤਾ ਵੀ ਤੂੰ ਠੀਕ ਨਹੀਂ, ਉਹ ਠੀਕ ਹੈ, ਮੰਨ ਲਿਆ ਇਹਨਾਂ ਨੇ। ਇਹ ਐਵੇਂ ਹੀ ਮਤਲਬ ਖਾਮ ਖਾ ਇਮੋਸ਼ਨਲਾਈਜ਼ ਕਰਨ ਵਾਲੀਆਂ ਗੱਲਾਂ ਹੁੰਦੀਆਂ ਨੇ। ਦੇਖੋ ਡੈਮੋਕ੍ਰੇਸੀ ਹੈ, ਹਰ ਇੱਕ ਨੂੰ ਹੱਕ ਹੈ ਕਿ ਉਹ ਜਾਵੇ ਤੇ ਆਪਣਾ ਮਤਲਬ ਪੱਖ ਰੱਖੇ, ਜੇ ਜ਼ਿਆਦਾ ਲੋਕ ਉਹਨੂੰ ਮਤ ਉਹਦੇ ਦਾਨ ਕਰਦੇ ਨੇ ਉਹਦੇ ਹੱਕ ਦੇ ਵਿੱਚ, ਉਹ ਕਰੇ। ਪਰ ਇਹ ਜਿਸ ਤਰੀਕੇ ਦੇ ਨਾਲ ਇਹ ਡੈਮੋਕ੍ਰੇਸੀ ਨੂੰ ਮਤਲਬ ਇਹਦਾ ਮੈਂ ਕਹਿੰਦਾ ਇੱਕ ਖਾਸ ਕਿਸਮ ਦਾ ਕਹਿ ਲਓ ਮਜ਼ਾਕ ਉਡਾਇਆ ਜਾਂਦਾ ਹੈ। ਮਤਲਬ ਜੇ ਤੁਸੀਂ ਸਹੀ ਜਨਤਾ ਦਾ ਫੈਸਲਾ ਦੇਖਣਾ, ਪੰਜਾਬ ਦੇ ਵਿੱਚ 92 MLA ਜਿੱਤੇ ਨੇ, ਮਤਲਬ ਸਭ ਤੋਂ ਵੱਡਾ ਫਤਵਾ ਮਿਲਿਆ ਮੇਰੇ ਹਿਸਾਬ ਦੇ ਨਾਲ। ਪਰ ਉਹ ਕਹਿੰਦੇ ਜੀ ਅਸੀਂ 3 ਕਰੋੜ ਦੇ ਨੁਮਾਇੰਦੇ ਹਾਂ, ਪਹਿਲੀ ਗੱਲ ਤਾਂ 3 ਕਰੋੜ ਵੋਟਰ ਨਹੀਂ,
ਫਿਰ ਜਿੰਨੇ ਵੀ ਵੋਟਰ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ 30% ਵੋਟ ਪਈ ਹੈ, ਇਹਦਾ ਮਤਲਬ ਤੁਹਾਨੂੰ 70% ਨੇ ਰਿਜੈਕਟ ਕਰਿਆ। ਕਿਸ ਤਰੀਕੇ ਦੇ ਨਾਲ ਤੁਸੀਂ ਕਹਿੰਦੇ ਹੋ ਜੀ ਜਨਤਾ ਦਾ ਫੈਸਲਾ ਹੈ, ਜਿਹੜਾ ਸਭ ਤੋਂ ਵੱਡਾ ਫੈਸਲਾ, ਏਡਾ ਵੱਡਾ ਹੋਰ ਕਿਸੇ ਨੂੰ ਮਿਲਿਆ ਨਹੀਂ ਹੈ। ਸੋ ਇਹ ਗੱਲਾਂ ਹੁੰਦੀਆਂ ਨੇ, ਦੇਖੋ ਜਿਹੜੇ ਟੈਕਨੀਕਲ ਇਸ਼ੂ ਨੇ ਕਿ ਤੁਸੀਂ ਕਰਪਸ਼ਨ ਕੀਤੀ ਹੈ ਜਾਂ ਨਹੀਂ ਕੀਤੀ, ਇਹ ਟੈਕਨੀਕਲ ਏਜੰਸੀਆਂ ਮਤਲਬ ਤੁਹਾਡੇ ਖਿਲਾਫ ਐਵੀਡੈਂਸ ਲਿਆਉਂਦੇ ਨੇ, ਕੋਰਟ ਉਹਦਾ ਫੈਸਲਾ ਕਰਦੀ ਹੈ, ਇਹ ਤੁਸੀਂ ਕਰ ਕੀ ਰਹੇ ਹੋ? ਮਤਲਬ ਇਹ ਲੋਕਾਂ ਨੂੰ ਜਾ ਕੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਕੋਰਟਾਂ ਦੇ ਮੁਕੱਦਮੇ ਨੇ ਕੋਰਟਾਂ ਬੰਦ ਕਰ ਦਿਓ, ਫਿਰ ਇਹ ਤਾਂ ਪਬਲਿਕ ਕੋਰਟ ਲਾਉਣੀ ਸ਼ੁਰੂ ਕਰ ਦਿਓ ਨਾ। ਇਹ ਹੁਣ ਟੈਕਨੀਕਲ ਗੱਲਾਂ ਨੇ, ਤੁਸੀਂ ਕਹਿ ਰਹੇ ਸੀ ਕਿ ਭਾਈ ਅਸੀਂ ਪੋਲਿਸੀ 'ਚ ਕੋਈ ਗੜਬੜ ਨਹੀਂ ਕਰੀ, ਤੁਹਾਡਾ ਉਹਨਾਂ ਨੇ ਗੱਲਾਂ ਫੜ ਲਈਆਂ, ਮਨੀ ਟ੍ਰਾਇਲ ਫੜ ਲਿਆ, ਖਰਚਾ ਫੜ ਲਿਆ, ਬੰਦਿਆਂ ਤੋਂ ਕਨਫੈਸ ਕਰਾ ਲਿਆ, ਚਾਹੇ ਧੱਕੇ ਨਾਲ ਹੀ ਕਰਾਇਆ, ਪਰ ਇੱਕ ਟੈਕਨੀਕਲ ਚੀਜ਼ ਤਾਂ ਹੈਗੀ ਹੈ ਨਾ, ਉਹਨੂੰ ਤੁਸੀਂ ਐਵੇਂ ਖਾਮ ਖਾ ਜੀ ਸਾਨੂੰ ਊਈ ਬੇਈਮਾਨ ਕਹਿੰਦੇ ਨੇ ਇਹ, ਪਰ ਤੁਸੀਂ ਜਨਤਾ ਨੂੰ ਕਿਉਂ ਪੁੱਛਣ ਜਾਣਾ ਜੀ ਤੁਸੀਂ ਇਮਾਨਦਾਰ ਹੋ, ਤੁਸੀਂ ਤਾਂ ਕੱਟੜ ਇਮਾਨਦਾਰ ਹੋ, ਫਿਰ ਤੁਹਾਨੂੰ ਡਰਨ ਦੀ ਕੀ ਜ਼ਰੂਰਤ? ਇਹ ਬਿਲਕੁਲ ਉਦਾਂ ਦੀ ਗੱਲ ਹੈ, ਉਹ ਅਮਲੀ ਨਾ ਕਿਤੇ ਘੋੜੇ ਤੇ ਚੜਿਆ ਜਾ ਰਿਹਾ ਸੀ, ਸਰਪੰਚ ਨੂੰ ਪੁੱਛਦਾ, ਕਹਿੰਦਾ ਸਰਪੰਚ ਆ ਮੈਂ ਕਾਹਦੇ ਤੇ ਚੜਿਆ ਹੋਇਆ, ਉਹ ਕਹਿੰਦਾ ਤੈਨੂੰ ਨੀ ਪਤਾ ਤੂੰ ਘੋੜੇ ਤੇ ਚੜਿਆ, ਕਹਿੰਦਾ ਫਿਰ ਵੀ ਪੁੱਛਣਾ ਚੰਗਾ ਹੁੰਦਾ ਵੈਸੇ। ਸੋ ਇਹ ਉਦਾਂ ਦੀ ਗੱਲ ਹੈ, ਪਤਾ ਹੀ ਹੈ ਤੁਸੀਂ ਇਮਾਨਦਾਰ ਹੋ, ਬਾਰ ਬਾਰ ਪੁੱਛਣ ਸਰਟੀਫਿਕੇਟ ਲੈਣ ਦੀ ਕੀ ਜ਼ਰੂਰਤ ਹੈ? ਕਰੋ ਇਮਾਨਦਾਰੀ ਨਾਲ, ਕੋਈ ਗੱਲ ਨੀ, ਮਤਲਬ ਤੁਸੀਂ ਨਾ ਵੀ ਤੁਹਾਨੂੰ ਕੁਰਸੀ ਮਿਲੇ ਤਾਂ ਵੀ ਸੇਵਾ ਕਰੋ, ਤੁਸੀਂ ਕੁਰਸੀ ਛੱਡਦੇ ਨਹੀਂ ਤੁਸੀਂ। ਦੇਖੋ ਉਹ ਬਿਲਕੁਲ ਉਦਾਂ ਦੀ ਹਾਲਾਤ ਹੋਈ ਹੋਈ ਹੈ ਅੱਜ ਕੱਲ੍ਹ ਦੇ ਸਾਰੇ ਪੋਲੀਟੀਸ਼ੀਅਨਾਂ ਦੀ ਹੋਈ ਹੋਈ ਹੈ ਵੈਸੇ ਤਾਂ, ਇਹਨਾਂ ਦੀ ਖਾਸ ਕਰਕੇ। ਉਹ ਜਿਵੇਂ ਅਲਫ ਲੈਲਾ ਦੀਆਂ ਸਟੋਰੀਆਂ ਨਹੀਂ ਸੁਣਦੇ ਹੁੰਦੇ ਸੀਗੇ, ਉਹ ਕਹਿੰਦੇ ਜਿੰਨਾ ਮਰਜ਼ੀ ਉਹਦੇ ਤਾਨੋਂ ਨੂੰ ਕੁੱਟੀ ਜਾਓ, ਜਿਹੜਾ ਤਾਨੋਂ ਹੁੰਦਾ ਸੀ ਉਹਦੇ ਚਾਹੇ ਤੁਸੀਂ ਤਲਵਾਰਾਂ ਮਾਰੋ, ਉਹਨੂੰ ਵੱਢ ਦਿਓ, ਮਾਰ ਦਿਓ, ਸਰੀਰ ਪਰਜਾ ਪੁਰਜਾ ਕੱਟ ਦਿਓ, ਮਰਦਾ ਨਹੀਂ ਸੀ ਉਹ, ਕਹਿੰਦੇ ਉਹਦੀ ਜਾਨ ਤੋਤੇ 'ਚ ਹੁੰਦੀ ਸੀ, ਉਹ ਤੋਤਾ ਜਦੋਂ ਮਾਰਿਆ ਜਾਂਦਾ ਸੀ ਤਾਂ ਉਹ ਮਤਲਬ ਉਹਦੀ ਜਾਨ ਨਿਕਲਦੀ ਸੀ। ਅੱਜ ਕੱਲ੍ਹ ਦੇ ਪੋਲੀਟੀਸ਼ੀਅਨ ਦੀ ਜਾਨ ਅਸਲ 'ਚ ਕੁਰਸੀ 'ਚ ਹੈ, ਜਦੋਂ ਕੁਰਸੀ ਜਾਂਦੀ ਹੈ ਤਾਂ ਜਾਨ ਨਿਕਲ ਜਾਂਦੀ ਹੈ, ਬਾਕੀ ਜੋ ਮਰਜ਼ੀ ਕਰੀ ਜਾਓ ਤੁਸੀਂ, ਅੱਖ ਨਹੀਂ ਸਮਝ। ਇਹ ਤਾਂ ਸਿਰਫ ਇਸ ਕਰਕੇ ਕੀਤਾ ਜਾ ਰਿਹਾ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਵੀ ਲਓ ਜੀ ਅਰਵਿੰਦ ਕੇਜਰੀਵਾਲ ਤਾਂ ਬੜਾ ਚੰਗਾ, ਹੁਣ ਰਾਹ ਕੋਈ ਨਹੀਂ ਸੀ ਰਹਿ ਗਿਆ ਕਿਉਂਕਿ ਕੰਮ ਨਹੀਂ ਸੀ ਫਿਰ ਕੋਈ ਕਰ ਹੋਣਾ, ਤੇ ਰਾਹ ਵੀ ਕੋਈ ਨਹੀਂ ਸੀ ਰਹਿ ਗਿਆ ਕਿਉਂਕਿ ਸੀਐਮ ਤਾਂ ਸੀਗੇ, ਸੀਐਮ ਦੀ ਪਾਵਰ ਕੋਈ ਨਹੀਂ ਸੀ, ਤੇ ਫਿਰ ਇਸ ਕਰਕੇ ਕੋਈ ਫਾਇਦਾ ਨਹੀਂ ਸੀ। ਇੱਕ ਤਾਂ ਇਹ ਗੱਲ ਵੀ ਹੈਗੀ ਹੈ, ਦੂਜੇ ਪਾਸੇ ਕਹਿੰਦੇ ਕਿ ਆਪਦੀ ਪਤਨੀ ਨੂੰ ਵੀ ਬਣਾਉਣਾ ਚਾਹੁੰਦੇ ਆ ਸੀਐਮ, ਇਹ ਵੀ ਉਹਨਾਂ ਦੇ ਮਨ ਦੀ ਕਹਿੰਦੇ ਇੱਛਾ ਹੈਗੀ ਹੈ, ਔਰ ਬਹੁਤ ਸਾਰੇ ਸੱਜਣ ਸੋਚਣਗੇ ਕਿ ਉਹ ਤਾਂ MLA ਹੈ ਨੀ ਭਾਜੀ, ਉਹ ਕਿਵੇਂ ਸੀਐਮ ਬਣ ਜੂ, 6 ਮਹੀਨੇ ਤਾਂ ਬਣ ਹੀ ਸਕਦੀ ਹੈ ਉਹ ਸੀਐਮ ਬਿਨਾਂ ਲੜੇ। ਇਸ ਕਰਕੇ ਮਨੀਸ਼ ਸਿਸੋਦੀਆ ਹੁਣ ਵਾਲਾ ਵੀ ਰੋੜਾ ਆਪ ਹੀ ਹਟਾਤਾ, ਕਹਿੰਦੇ ਕਿ ਇਹਨਾਂ ਤੇ ਵੀ ਇਲਜ਼ਾਮ ਲੱਗੇ ਆ ਜੀ, ਤੇ ਇਸ ਕਰਕੇ ਇਹ ਵੀ ਜਿਹੜਾ ਨਹੀਂ ਬਣਨਗੇ। ਔਰ ਦੂਜੇ ਪਾਸੇ ਡਾਕਟਰ ਸਾਹਿਬ ਗੱਲ ਇਹੀ ਹੈ ਕਿ ਉਹਨਾਂ ਨੇ ਸਿੱਧੇ ਤੌਰ ਤੇ ਇੱਕ ਤਰਸ ਵਾਲਾ ਕਾਰਡ ਜਿਹੜਾ ਖੇਡਿਆ ਕਿ ਲੋਕ ਮੇਰੇ ਤੇ ਤਰਸ ਕਰਕੇ ਮੈਨੂੰ ਫੇਰ ਵੋਟ ਪਾਉਣ, ਇੱਕ ਸਿਰਫ ਡਰਾਮਾ ਰਚਿਆ। ਦੇਖੋ ਬੀਜੇਪੀ ਦਾ ਤਾਂ ਬਿਆਨ ਆ ਹੀ ਗਿਆ, ਉਹ ਕਹਿੰਦੇ ਜੀ ਆਪਣੀ ਪਤਨੀ ਨੂੰ ਬਣਾਉਣਾ ਚਾਹੁੰਦੇ ਨੇ, ਉਹ ਗੱਲ ਵੀ ਸਹੀ ਹੈ ਕਿਸੇ ਹੱਦ ਤੱਕ, ਕਿਉਂਕਿ ਅੰਦਰੋਂ ਜੇਲ੍ਹ ਦੇ ਵਿੱਚੋਂ ਵੀ ਨਾ ਇਹ ਆਪਣੀ ਪਤਨੀ ਨੂੰ ਬਣਾ ਕੇ ਚਲਾ ਨਹੀਂ ਸੀ ਸਕਦੇ। ਹੁਣ ਇਹ ਹੈ ਕਿ ਜੇ ਉਹਨੂੰ ਬਣਾ ਦੇਣਗੇ ਰਬੜੀ ਦੇਵੀ ਦੀ ਤਰ੍ਹਾਂ, ਰਿਮੋਟ ਕੰਟਰੋਲ ਇਹਨਾਂ ਦੇ ਹੱਥ 'ਚ ਹੋਊਗਾ, ਚਲਾ ਲੈਣਗੇ। ਪਰ ਜਿਹੜਾ ਇਹਨਾਂ ਨੇ ਕਿਹਾ ਵੀ ਸਿਸੋਦੀਆ ਸਾਹਿਬ 'ਤੇ ਵੀ ਸੇਮ ਦੋਸ਼ ਨੇ, ਸੰਜੇ ਸਿੰਘ 'ਤੇ ਵੀ ਸੇਮ ਹੀ ਨੇ ਲਗਭਗ, ਸੋ ਮੇਜਰ ਜਿਹੜੇ ਪਾਰਟੀ ਦੇ ਲੀਡਰ ਨੇ ਉਹਨਾਂ 'ਚੋਂ ਤਾਂ ਕੋਈ ਬਣ ਨਹੀਂ ਸਕਦਾ। ਸੋ ਇਸ ਕਰਕੇ ਇਹ ਹੈ ਕਿ ਇਸ ਤਰੀਕੇ ਦੇ ਨਾਲ ਚਲਾਉਣਗੇ, ਨਾਲ ਥੋੜ੍ਹਾ ਬਹੁਤ ਚਲੋ ਸਿੰਪਥੀ ਗੇਨ ਕਰਨ ਦੀ ਕੋਸ਼ਿਸ਼ ਕਰਨਗੇ। ਚਲੋ ਸਿਆਸਤ ਹੈ, ਉਹ 'ਚ ਸਾਰੇ ਕਾਰਡ ਹੀ ਬੰਦਿਆਂ ਨੇ ਖੇਡਣੇ ਹੁੰਦੇ ਨੇ, ਐਸੀ ਗੱਲ ਨਹੀਂ ਹੈ, ਪਰ ਇਹ ਥੋੜ੍ਹਾ ਜਿਹਾ ਜ਼ਿਆਦਾ ਹੀ ਨੰਗਾ ਹੋ ਗਿਆ ਕੰਮ। ਮਤਲਬ ਚਲੋ ਲੁਕ ਛਿਪ ਕੇ ਸਿਆਸਤ ਖੇਡ ਤਾਂ ਪਰਸੈਪਸ਼ਨ ਦੀ ਹੋਈ ਹੈ ਇੱਕ ਕਿਸਮ ਦੇ ਨਾਲ, ਤੁਸੀਂ ਇਮੇਜ ਬਣਾ ਕੇ ਧੋਖਾ ਹੀ ਦੇਣਾ ਹੁੰਦਾ, ਪਰ ਇਹ ਤਾਂ ਇੰਨਾ ਸਮਝਦੇ ਨੇ ਲੋਕਾਂ ਨੂੰ ਉੱਲੂ, ਮੇਰਾ ਖਿਆਲ ਦਿੱਲੀ ਦੇ ਲੋਕ ਨੇ ਜਿਹੜੇ ਇੰਨੇ ਵੀ ਕਮਲੇ ਨਹੀਂ ਹਨ। ਚਲੋ ਪਹਿਲਾਂ ਅੰਨਾ ਹਜ਼ਾਰੇ ਦੀ ਲਹਿਰ ਸੀ, ਉਹਦਾ ਅਸਰ ਸੀਗਾ ਇੱਕ, ਕੁਛ ਇਹਨਾਂ ਨੇ ਗੱਲਾਂ ਬਹੁਤ ਵੱਡੀਆਂ ਕਰੀਆਂ ਕਿ ਅਸੀਂ ਵਿੱਦਿਆ ਇੱਦਾਂ ਕਰ ਦੇਣੀ ਹੈ, ਹੈਲਥ ਦਾ ਇੱਦਾਂ ਕਰ ਦੇਣਾ ਹੈ, ਵਿਕਾਸ ਇੱਦਾਂ ਕਰ ਦੇਣਾ। ਹੁਣ ਵਿਕਾਸ ਤਾਂ ਮੀਂਹ ਬਾਅਦ 'ਚ ਪੈਂਦਾ, ਦਿੱਲੀ ਦੀਆਂ ਸੜਕਾਂ ਪਹਿਲਾਂ ਭਰ ਜਾਂਦੀਆਂ ਨੇ। ਹਸਪਤਾਲਾਂ ਦਾ ਹਾਲ ਇਹ ਹੈ
ਕਿ ਜਦ ਤੋਂ ਉਹਨਾਂ ਨੇ ਜੋੜੇ ਨਾ ਉਹਦੇ ਨਾਲ ਫੋਨ ਨੰਬਰ ਦੇ ਨਾਲ, ਮਤਲਬ ਉਹ ਸਾਰੇ ਟੈਸਟਿੰਗ ਸੈਂਟਰ ਨੇ ਜਿਹੜੇ ਉਸ ਮਤਲਬ ਸ਼ੱਕ ਦੇ ਦਾਇਰੇ ਚ ਆ ਗਏ। ਸਕੂਲਾਂ ਦਾ ਹਾਲ ਇਹ ਹੈ ਕਿ 80,000 ਸਟੂਡੈਂਟ ਲਗਭਗ, ਇਹਨਾਂ ਦਾ ਆਪਣਾ ਡਾਟਾ ਕਹਿ ਰਿਹਾ ਹੈ ਕਿ 9ਵੀਂ ਚੋਂ ਫੇਲ ਹੋ ਗਿਆ। ਮਤਲਬ ਪੰਜਾਬ ਉਹਦੇ 'ਚ ਫਸਟ ਆਇਆ ਸੀਗਾ ਸਕੂਲਾਂ ਦੇ ਵਿੱਚ। ਸੋ ਐਵੇਂ ਦੇਖੋ, ਚੀਜ਼ ਇਹ ਹੁੰਦਾ ਹੈ ਕਿ ਅੱਛੇ ਸੇਲਸਮੈਨ ਨੇ, ਬਹੁਤ ਅੱਛੇ ਦੁਕਾਨਦਾਰ ਨੇ, ਪਰ ਸਮਾਨ ਵੀ ਹੋਵੇ ਤਾਂ ਵੇਚਿਆ ਜਾਂਦਾ ਨਾ। ਤੁਸੀਂ ਐਵੇਂ ਖਾਲੀ ਲਕੀਰ ਨੂੰ ਚੰਗਾ ਹਾਂ ਦੁਕਾਨਦਾਰ ਵੀ ਜਿਹੜਾ ਚਲਾ ਨਹੀਂ ਸਕਦਾ। ਔਰ ਦੂਜੇ ਪਾਸੇ ਡਾਕਟਰ, ਹੁਣ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸਵਾਲ ਹੋਣਾ ਕਿ ਅਰਵਿੰਦ ਕੇਜਰੀਵਾਲ ਨੇ ਜਦੋਂ ਹੁਣ ਅਸਤੀਫਾ ਦੇ ਦਿੱਤਾ, ਫਿਰ ਹੁਣ ਕਰਨਗੇ ਕੀ? ਕਰਨਗੇ ਕੀ ਹੁਣ ਡਾਕਟਰ ਸਾਹਿਬ? ਸਵਾਲ ਹੀ ਪੈਦਾ ਹੁੰਦਾ। ਭਗਵੰਤਵਾਨ ਦੇ ਲਈ ਖਤਰੇ ਦੀ ਘੰਟੀ ਹੈ, ਕਿਉਂਕਿ ਉਧਰੋਂ ਤਾਂ ਐਜ਼ ਆ ਮੁੱਖ ਮੰਤਰੀ ਵਿਹਲੇ ਹੋ ਗਏ ਆ, ਹੁਣ ਉਹ ਸੁਪਰ ਸੀਐਮ ਪੰਜਾਬ ਦੇ ਵਿੱਚ ਬਣ ਕੇ ਬੈਠਣਗੇ। ਔਰ ਠੀਕ ਆ, ਥੋੜਾ ਬਹੁਤਾ ਹਰਿਆਣੇ ਦੇ ਵਿੱਚ ਫਿਰਨਗੇ ਜਿੰਨਾ ਕੁ ਫਿਰਿਆ ਗਿਆ, ਕਿਉਂਕਿ ਹਰਿਆਣੇ ਦੇ ਵਿੱਚ ਕੋਈ ਬਹੁਤੀ ਆਸ ਡਾਕਟਰ ਸਾਹਿਬ ਹੈ ਨਹੀਂ। ਚਲੋ 15-20 ਦਿਨਾਂ ਨੂੰ, ਜਿੰਨੇ ਕੁ ਦਿਨਾਂ ਨੂੰ ਵੀ ਇਲੈਕਸ਼ਨ ਜਿਹੜਾ ਉੱਥੇ ਖਤਮ ਹੋ ਜਾਣਾ, ਉਸ ਤੋਂ ਬਾਅਦ ਫਿਰ ਸਿੱਧੇ ਤੌਰ ਤੇ ਇਹ ਮੈਨੂੰ ਲੱਗਦਾ ਕਿ ਪੰਜਾਬ ਦੇ ਸੁਪਰ ਸੀਐਮ ਦੇ ਤੌਰ ਤੇ ਬੈਠਣਗੇ, ਭਗਵੰਤ ਮਾਨ ਨੂੰ ਡੰਮੀ ਕਰ ਦੇਣਗੇ। ਆਪ ਤਾਂ ਡੰਮੀ ਸੁਪਰੀਮ ਕੋਰਟ ਤੋਂ ਬਣ ਕੇ ਆ ਹੀ ਗਏ ਸੀ, ਹੁਣ ਆਪ ਇੱਥੇ ਆ ਕੇ ਤੇ ਭਗਵੰਤ ਮਾਨ ਨੂੰ ਇੱਥੋਂ ਡੰਮੀ ਕਰ ਦੇਣਗੇ, ਤੇ ਭਗਵੰਤ ਮਾਨ ਦੇ ਲਈ ਮੁਸੀਬਤ ਖੜੀ ਹੋ ਗਈ ਆ ਸੀਐਮ ਦਾ ਉਧਰੋਂ ਵਿਹਲੇ ਹੋ ਕੇ ਆ ਜਾਣਾ। ਨਹੀਂ, ਉਹ ਗੱਲ ਤੁਹਾਡੀ ਠੀਕ ਹੈ, ਪਰ ਮੈਨੂੰ ਲੱਗਦਾ ਇੰਨਾ ਸੌਖਾ ਨਹੀਂ ਹੈ ਰਸਤਾ। ਪਹਿਲੀ ਗੱਲ ਤਾਂ ਦਿੱਲੀ ਦੇ ਵਿੱਚ ਵੀ ਚਲਾਉਣਾ ਔਖਾ ਹੋਊਗਾ, ਬੀਜੇਪੀ ਇੰਨੇ ਪੈਰ ਨਹੀਂ ਲੱਗਣ ਦਊਗੀ ਇਹਨਾਂ ਦੇ, ਚਾਹੇ ਆਪਣੀ ਮਿਸਿਜ਼ ਨੂੰ ਜਾਂ ਕਿਸੇ ਨੂੰ ਵੀ ਬਣਾ ਲੈਣ, ਡੰਮੀ ਉੱਥੇ ਬਣਾਉਣਾ ਪਊਗਾ। ਤੇ ਜੇ ਉੱਥੇ ਇਲੈਕਸ਼ਨ ਕਰਵਾਉਣੀ ਹੈ ਜਿਸ ਤਰ੍ਹਾਂ ਇਹਨੇ ਕਿਹਾ ਨਵੰਬਰ 'ਚ, ਤਾਂ ਉੱਥੇ ਜ਼ੋਰ ਜ਼ਿਆਦਾ ਲਾਉਣਾ ਪਊ। ਪਹਿਲਾਂ ਤਾਂ ਇਹ ਸਾਰਾ ਪੰਜਾਬ ਦਾ ਅਮਲਾ ਫੈਲਾ ਲੈ ਕੇ ਨਾ ਇੱਥੋਂ ਹਰਿਆਣੇ ਦੇ ਵਿੱਚ ਘੁੰਮਣਗੇ, ਹੈਲੀਕਾਪਟਰ ਜੋ ਵੀ ਗੱਡੀਆਂ ਛੱਡੀਆਂ ਵਰਕਰ ਸ਼ਰਕਰ ਲੈ ਕੇ। ਦੂਜੀ ਚੀਜ਼ ਮੈਨੂੰ ਐਂ ਲੱਗਦਾ ਭਗਵੰਤ ਮਾਨ ਨੂੰ ਥੋੜਾ ਜਿਹਾ ਜਿਵੇਂ ਸੰਗਰੂਰ ਚ ਕਰਿਆ ਸੀ, ਜੀਪ ਦੇ ਖੱਬੇ ਪਾਸੇ ਲਟਕਾ ਲਟਕੂ ਕੇ ਤਾਂ ਛੋਟਾ ਕਰਨਗੇ ਸਿੰਬੋਲਿਕਲੀ, ਪਰ ਹੁਣ ਇਹਨਾਂ ਦੀ ਮੇਰੇ ਖਿਆਲ ਹੈ ਇਹਨਾਂ ਦੇ ਦੇਹ ਚ ਜਾਣ ਤੋਂ ਬਾਅਦ ਭਗਵੰਤ ਮਾਨ ਵੀ ਉਹਨਾਂ ਲੋਕਾਂ ਦੀ ਨਿਗਾਹ ਚ ਚਾਹੇ ਕੁਛ ਵੀ ਹੋ ਗਿਆ ਹੋਵੇ, ਪਰ ਉਹ ਜਿਹੜਾ ਮਤਲਬ ਜਿਸ ਤਰ੍ਹਾਂ ਦੇ ਉਹਦੇ ਇਨਸਿਕਿਉਰਿਟੀ ਦੇ ਹੈਗੇ ਨੇ ਤਰੀਕੇ ਫੀਲ ਕਰਨ ਦੇ, ਇੰਨਾ ਸੌਖਾ ਨਹੀਂ ਉਹਨੂੰ ਹਿਲਾ ਸਕਣਗੇ। ਉਹਦੇ ਕੋਲ ਵੀ ਹੋਰ ਮਾਰਗ ਹੈਗੇ ਨੇ ਹੁਣ ਬਹੁਤ ਸਾਰੇ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਨਾ ਹੋਵੇ ਕਿ ਕਿਤੇ ਦਿੱਲੀ ਦੀ ਤਾਂ ਇਹਨਾਂ ਨੇ ਛੱਡ ਦਿੱਤੀ ਹੈ, ਇਹ ਸੁਪਰੀਮੋ ਵਾਲੇ ਤੇ ਵੀ ਰੌਲਾ ਪੈ ਜਾਵੇ। ਸੋ ਇਹ ਇੱਕ ਕਿਸਮ ਦੇ ਨਾਲ 1-to-1 ਹੁਣ ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਦੰਗਲ ਹੋਊਗਾ, ਪਰ ਉਹਦੇ 'ਚ ਜਿਤਨਾ ਔਖਾ ਹੈ, ਦਿੱਲੀ ਹੋਰ ਜਗ੍ਹਾ, ਗਰਾਊਂਡ ਡਿਫਰੈਂਟ ਹੈ, ਉਹਦਾ ਪੰਜਾਬ ਦਾ ਡਿਫਰੈਂਟ ਹੈ। ਪੰਜਾਬ ਦੇ ਵਿੱਚ ਹੁਣ ਮਤਲਬ ਤੁਸੀਂ ਆਪਣੀ ਪਾਰਟੀ ਨਾਲ ਨਹੀਂ ਲੜ ਸਕਦੇ। ਉਦੋਂ ਤਾਂ ਬਹੁਤ ਸਾਰੇ ਸੀਗੇ ਭਗਤ ਜਿਹੜੇ ਮਤਲਬ ਢੋਲ ਵਜਾ ਕੇ ਚੱਲੇ ਜਾਂਦੇ ਸੀ, ਹੁਣ ਵੀ ਭੰਗੜੇ ਪਾ ਰਹੇ ਸੀ। ਜਦੋਂ ਤੁਸੀਂ ਆਪਣੀਆਂ 2 ਟੀਮਾਂ ਬਣਾ ਕੇ ਖੇਡਣ ਦੀ ਕੋਸ਼ਿਸ਼ ਕਰੋਗੇ ਨਾ, ਮੇਰਾ ਖਿਆਲ ਹੈ ਭਗਵੰਤ ਮਾਨ ਵੀ ਉਹਨੂੰ ਇਹ ਇੰਨਾ ਲਾਈਟਲੀ ਨਾ ਲੈਣ, ਮਤਲਬ ਉਹ ਇੰਨਾ ਸੌਖਾ ਨਹੀਂ ਹਾਰ ਜਾਊਗਾ। ਇਹ ਠੀਕ ਹੈ ਕਿ ਰੈਸਲਿੰਗ ਦੇ ਵਿੱਚ ਤਕੜੇ ਹੋ ਸਕਦੇ ਨੇ, ਪਰ ਉਹਨੂੰ ਵੀ ਜੂਡੋ ਦੇ ਦਾਅਵੇ 'ਚ ਕਾਫੀ ਆਉਂਦੇ ਨੇ। ਪਰ ਦੂਜੇ ਪਾਸੇ ਇਹ ਵੀ ਆਪਾਂ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਕਿ ਅਮਿਤ ਸ਼ਾਹ ਜੀ ਵੀ ਆਪਣੀ ਦ੍ਰਿਸ਼ਟੀ ਬਣਾਏ ਹੋਏ ਨੇ, ਲੋਟਸ ਆਪਰੇਸ਼ਨ ਵੀ ਨਾਲ ਦੀ ਨਾਲ ਹੀ ਚੱਲ ਰਿਹਾ ਹੋਣਾ ਉਸ ਤਰੀਕੇ ਦੇ ਨਾਲ, ਗਵਰਨਰ ਸਾਹਿਬ ਵੀ ਬਦਲ ਗਏ ਨੇ। ਸੋ ਇੰਨਾ ਸੌਖਾ ਨਹੀਂ ਹੈ, ਪਰ ਇਹ ਹੈ ਕਿ ਮੁਸ਼ਕਲਾਂ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਦੀਆਂ ਨੇ ਜਿਹੜੀਆਂ ਉਹ ਵੱਧ ਰਹੀਆਂ ਨੇ, ਕਿਉਂਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਇਹ ਦਿੱਲੀ ਦੇ ਵਿੱਚ ਸਿਲਸਿਲਾ ਚੱਲਿਆ, ਇਹਦੀ ਹੋਂਦ ਖਤਰੇ 'ਚ ਪੈ ਗਈ ਹੈ। ਇਹ ਨਹੀਂ, ਭਗਵੰਤ ਮਾਨ ਦੇ ਲਈ ਸੌਖਾ ਹੈ ਕਿ ਨਹੀਂ ਹੈ? ਕਿਉਂਕਿ ਭਗਵੰਤ ਮਾਨ ਨੂੰ ਤਾਂ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਨੂੰ ਤਾਂ ਇਹ ਸੀਗਾ ਭਗਵੰਤ ਮਾਨ ਨੂੰ ਕਿ ਮੈਂ ਆਪਣੇ ਤੌਰ ਤੇ ਚਲਾ ਰਿਹਾ ਇੱਥੇ ਸਾਰਾ ਸਿਸਟਮ, ਕਿਉਂਕਿ ਅਰਵਿੰਦ ਕੇਜਰੀਵਾਲ ਜੇਲ੍ਹ ਚਲੇ ਗਏ। ਉਸ ਤੋਂ ਬਾਅਦ ਭਗਵੰਤ ਮਾਨ ਨੇ ਨਾ ਤਾਂ ਪੈਰ ਸੰਦੀਪ ਪਾਠਕ ਦੇ ਲੱਗਣ ਦਿੱਤੇ ਤੇ ਨਾ ਰਾਘਵ ਚੱਡੇ ਦੇ ਲੱਗਣ ਦਿੱਤੇ, ਆਪਣੇ ਸਾਰਿਆਂ ਦੇ ਸਾਹਮਣੇ ਹੀ ਹੈ। ਔਰ ਹੁਣ ਜਦੋਂ ਕੇਜਰੀਵਾਲ ਉਧਰੋਂ ਵਿਹਲੇ ਹੋ ਗਏ ਆ ਗਏ ਭਗਵੰਤ ਮਾਨ ਦੇ, ਫਿਰ ਪੰਜਾਬ ਦੇ ਸਾਰੇ ਫੈਸਲੇ ਵੈਸੇ ਤਾਂ ਪਹਿਲਾਂ ਵੀ ਉਹੀ ਕਰਦੇ ਆ ਕੇਜਰੀਵਾਲ ਸਾਹਿਬ ਵੀ, ਤੇ ਹੁਣ ਤਾਂ ਉਹ ਸਿੱਧੇ ਤੌਰ ਤੇ ਇੱਥੇ ਵਿਹਲੇ ਹੀ ਹੋ ਗਿਆ, ਸਿੱਧੀ ਦ੍ਰਿਸ਼ਟੀ ਹੋਈ ਉਹਨਾਂ ਦੀ ਇੱਧਰ ਹੋ ਗਈ ਹੈ। ਔਰ ਤੁਸੀਂ ਦੇਖਿਆ ਕਿ ਜਿਹੜੇ ਫੈਸਲੇ ਭਗਵੰਤ ਮਾਨ ਕਰਨ ਨੂੰ ਕਰਦੇ ਸੀ ਉਹ ਅਗਲੇ ਨੇ ਕਰਨ ਨਹੀਂ ਦਿੱਤੇ, ਚਾਹੇ ਮਹਿੰਦਰ ਭਗਤ ਨੂੰ
ਮੰਤਰੀ ਬਣਾਉਣਾ ਸੀ ਚਾਹੇ ਕੁਝ ਹੋਰ ਸੀ। ਇਹ ਵੀ ਫੈਸਲੇ ਆਉਣ ਵਾਲੇ ਦਿਨਾਂ ਚ ਕਾਫੀ ਅਹਿਮ ਡਾਕਟਰ ਸਾਹਿਬ ਹੋਣੇ ਹੈ, ਮੰਤਰੀ ਮੰਡਲ ਵਾਲੇ ਵੀ, ਹੋਰ ਵੀ ਬੜੇ ਅਹਿਮ ਫੈਸਲੇ ਅੰਦਰੋਂ ਬਦਲ ਜਿਹੜੀ ਆਉਣੀ ਹੈ, ਤੇ ਉਹਦੇ ਤੇ ਫਿਰ ਭਗਵੰਤ ਮਾਨ ਦੀ ਮੈਨੂੰ ਲੱਗਦਾ ਕਿ ਫੁੱਲ ਸਟੋਪ ਹੀ ਲੱਗ ਗਿਆ ਪਾਵਰ ਤੇ। ਮੈਨੂੰ ਲੱਗਦਾ ਨਹੀਂ ਇਹ ਗੱਲ, ਮੈਨੂੰ ਐਂ ਲੱਗਦਾ ਹੈ ਕਿ ਅਸਲ ਦੇ ਵਿੱਚ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹ ਆਪਣੇ ਆਪ ਨਹੀਂ ਚੱਲ ਰਹੀ, ਉਹ ਵੀ ਡਬਲ ਇੰਜਨ ਸਰਕਾਰ ਹੈ ਅਸਲ ਦੇ ਵਿੱਚ। ਇਹ ਉਹਨੂੰ ਲਾਈਟਲੀ ਨਾ ਲੈਣ, ਉਹ ਬੇਸਿਕਲੀ ਇਹਨਾਂ ਦੇ ਕੈਂਪ ਤੋਂ ਹੋਰ ਪਾਸਿਓਂ ਵੀ ਮਦਦ ਮਿਲ ਰਹੀ ਹੈ, ਪਰ ਉਹ ਆਪਣੇ ਫੈਸਲੇ ਜੇ ਉਹ ਕਰਨ ਤੇ ਆ ਜਾਵੇ ਤਾਂ ਇਹਨਾਂ ਦੀ ਹਿੰਮਤ ਨਹੀਂ ਹੈ। ਇਹ ਮੈਂ ਤੁਹਾਨੂੰ ਦੱਸ ਦਿੰਦਾ ਗੱਲ, ਕਿਉਂਕਿ ਫੈਸਲੇ ਦਿੱਲੀਓਂ ਹੀ ਹੁੰਦੇ ਨੇ, ਦਿੱਲੀ ਤੋਂ ਇਹ ਫੈਸਲੇ ਕਰਨ ਦੀ ਸਮਰੱਥਾ 'ਚ ਨਹੀਂ ਹਨ ਜਿੰਨੇ ਉਹਦੇ ਨਵੇਂ ਸਾਥੀ ਨੇ ਜਿਹੜੇ ਉਹ ਕਰਨ ਦੀ ਸਮਰੱਥਾ 'ਚ ਹੈਗੇ ਨੇ। ਦੂਜੀ ਚੀਜ਼ ਇਹ ਹੁੰਦੀ ਹੈ ਕਿ ਦੇਖੋ ਸਟੇਟ ਹੈ, ਉਹਦੇ 'ਚ ਪੁਲਿਸ ਤੇ ਹੋਰ ਸਾਰੀਆਂ ਜਿਹੜੀਆਂ ਮਤਲਬ ਐਡਮਿਨਿਸਟ੍ਰੇਟਿਵ ਏਜੰਸੀਆਂ ਨੇ ਉਹਨਾਂ ਦੇ ਸਿਰ ਤੇ ਹੀ ਚੱਲਣਾ ਹੁੰਦਾ ਨਾ। ਇਹ ਪਾਰਟੀ ਬੇਸਿਕਲੀ ਸਟਿੰਗਾਂ ਦੀ ਮਤਲਬ ਸਟਿੰਗ ਓਪਰੇਸ਼ਨਸ ਦੀ ਪਾਰਟੀ ਹੈ, ਉਹਨੇ ਵੀ ਮਟੀਰੀਅਲ ਕਾਫੀ ਇਕੱਠਾ ਕੀਤਾ ਹੋਣਾ। ਰਾਘਵ ਚੱਡੇ ਨੂੰ ਵੀ ਸੌਖਾ ਨਹੀਂ ਸੀ ਪਾਸੇ ਕਰਨਾ, ਸੰਦੀਪ ਪਾਠਕ ਨੂੰ ਵੀ ਸੌਖਾ ਨਹੀਂ ਸੀ, ਪਰ ਮੇਰਾ ਖਿਆਲ ਇਹ ਹੈ ਕਿ ਹੁਣ ਅਸਲੀ ਜਿਹੜਾ ਮਤਲਬ ਗਰਾਊਂਡ ਹੈ ਉਹ ਪੰਜਾਬ ਦੇ ਵਿੱਚ ਹੋਊਗਾ, ਦੋਨਾਂ ਦਾ ਟੈਸਟ ਹੋਊਗਾ, ਭਗਵੰਤ ਮਾਨ ਦਾ ਵੀ। ਦੇਖੋ ਉਹਨੂੰ ਤੁਸੀਂ ਜੋ ਮਰਜ਼ੀ ਡਿਸਕਾਊਂਟ ਕਰੀ ਜਾਓ ਭਗਵੰਤ ਮਾਨ ਨੂੰ ਕਿ ਜੀ ਉਹਨੂੰ ਆਹ ਕੰਮ ਨਹੀਂ ਆਉਂਦਾ, ਉਹਨੂੰ ਉਹ ਨਹੀਂ ਆਉਂਦਾ, ਉਹਨੂੰ ਇਹ ਨਹੀਂ ਆਉਂਦਾ, ਉਸੇ ਨੂੰ ਜਿੰਨਾ ਚਿੰਬੜਨਾ ਉਹਨੂੰ ਆਉਂਦਾ, ਕੇਜਰੀਵਾਲ ਤੋਂ ਘੱਟ ਨਹੀਂ ਹੈ ਉਹ ਇਸ ਮਾਮਲੇ। ਸੋ ਮੇਰਾ ਖਿਆਲ ਇਹ ਹੈ ਵੀ ਉਹਦੇ ਤੋਂ ਕੁਰਸੀ ਚੜਾਉਣੀ ਬਹੁਤ ਔਖੀ ਹੋ, ਇਹ ਤੋਂ ਬਿਨਾਂ ਫੈਸਲਾ ਕੋਈ ਨਹੀਂ ਹੋਣਾ। ਸੋ ਇਸ ਕਰਕੇ ਆਉਣ ਵਾਲੇ ਦਿਨ ਬੜੇ ਦਿਲਚਸਪ ਹੋਣਗੇ, ਪਰ ਪੰਜਾਬ ਲਈ ਮੈਨੂੰ ਲੱਗਦਾ ਹੈ ਅਨਫਾਰਚੂਨੇਟ ਸਿਚੁਏਸ਼ਨ ਬਣਦੀ ਜਾ ਰਹੀ ਹੈ, ਕਿਉਂਕਿ ਇਹਦੀ ਅੰਦਰ ਕਲਾ ਹੈ ਜਿਹੜੀ ਉਹ ਪੰਜਾਬ ਨੂੰ ਹੋਰ ਨੁਕਸਾਨ ਕਰੋ, ਮਤਲਬ ਬਜਾਏ ਚੰਗਾ ਐਡਮਿਨਿਸਟ੍ਰੇਸ਼ਨ ਦੇਣ ਦੇ, ਲਾਅ ਐਂਡ ਆਰਡਰ ਨੂੰ ਠੀਕ ਕਰਨ ਦੇ, ਕਰਜ਼ਾ ਘਟਾਉਣ ਦੇ, ਕਰਜ਼ਾ ਹੋਰ ਵਧੂਗਾ, ਆਪਸੀ ਜਿਹੜੇ ਪੰਗੇਬਾਜ਼ੀ ਹੋਰ ਵਧੂਗੀ। ਪਰ ਉਹਦੇ 'ਚ ਮੇਰਾ ਖਿਆਲ ਹੈ ਲੜਾਈ ਇਹ ਹੈਗੀ ਹੈ ਬੀਜੇਪੀ ਦੀ, ਆਪਣੇ ਜਿਹੜਾ ਉਹਨਾਂ ਦੀ ਸ਼ਾਖ ਹੀ ਕਹਿ ਲਓ ਆਮ ਆਦਮੀ ਪਾਰਟੀ, ਉਹਨੂੰ ਉਹ ਛਾਂਗਣ ਲੱਗੇ ਹੋਏ ਨੇ। ਉਹ 'ਚ ਜੇ ਭਗਵੰਤ ਮਾਨ ਨੇ ਨਹੀਂ ਛਾਂਗਿਆ ਜਾਣਾ ਤਾਂ ਉਧਰਲੇ ਪਾਸੇ ਹੋ ਜਾਊਗਾ, ਤੇ ਇਹਨਾਂ ਵੱਲ ਆਉਣਾ ਤਾਂ ਛਾਂਗਿਆ ਜਾਊਗਾ, ਕਿਉਂਕਿ ਫਿਰ ਜਿਹੜੀ ਦਿੱਲੀ ਐਕਸਾਈਜ਼ ਪਾਲਿਸੀ ਦੀ ਜਿਹੜੀ ਇਨਕੁਆਇਰੀ ਹੈ ਉਹ ਈਡੀ ਤੇ ਸੀਬੀਆਈ ਇੱਥੇ ਵੀ ਆ ਜਾਣਗੇ, ਫਿਰ ਉਹਨਾਂ ਦੇ ਲਈ ਮੇਰਾ ਮੁਸ਼ਕਲ ਕੰਮ ਹੈ। ਪਰ ਇਹ ਹੈ ਕਿ ਉਹਨੂੰ ਮਦਦ ਮਿਲ ਰਹੀ ਹੈ, ਪਰ ਉਹਨੂੰ ਮਦਦ ਮਿਲੂਗੀ, ਇਹ ਉਹਨੂੰ ਲਾਈਟਲੀ ਲੈ ਕੇ ਪੰਗਾ ਲੈਣਗੇ ਤਾਂ ਨੁਕਸਾਨ ਨੁਕਸਾਨ ਬਿਲਕੁਲ ਬਿਲਕੁਲ। ਚਲੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਆਉਂਦਾ ਹੈ, ਜਦੋਂ ਕੇਜਰੀਵਾਲ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਫੈਸਲੇ ਲੱਗਣਗੇ ਤਾਂ। ਬਾਕੀ ਡਾਕਟਰ ਸਾਹਿਬ ਦੀ ਗੱਲ ਠੀਕ ਹੈ ਕਿ ਭਗਵੰਤ ਮਾਨ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਜ਼ਿਆਦਾ ਇੰਟਰਫੇਰੈਂਸ ਕਰਨ ਦਿੰਦੇ ਜਾਂ ਨਹੀਂ ਦਿੰਦੇ, ਉਹ ਵੀ ਗੱਲ ਦੇਖਣ ਵਾਲੀ ਹੋਊਗੀ। ਤੇ ਇਹ ਗੱਲ ਜ਼ਰੂਰ ਹੈ ਕਿ ਸਕ੍ਰਿਪਟ ਜਿਹੜੀ ਆ ਉਹ ਫਾਈਨਲ ਕਰਕੇ ਇਹਨਾਂ ਨੇ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਦਿੱਲੀ ਵਾਲੀ ਪਾਲਿਸੀ ਦੇ ਉੱਪਰ। ਹੁਣ ਉਹ ਲੋਕ ਕਿੰਨਾ ਕੁ ਉਹਨੂੰ ਕਬੂਲਦੇ ਆ ਨਹੀਂ ਕਬੂਲਦੇ, ਉਹ ਜਿਹੜੀ ਗੱਲ ਜਿਹੜੀ ਦੇਖਣ ਵਾਲੀ ਹੋਊਗੀ। ਤੋ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਸੁਖਵਿੰਦਰ ਜੀ, ਸਤਿ ਸ੍ਰੀ ਅਕਾਲ, ਸਰੋਤੇ ਦਰਸ਼ਕਾਂ ਸਭਨਾਂ ਨੂੰ ਸਤਿ ਸ੍ਰੀ ਅਕਾਲ। ਤਾਂ ਇਹ ਸਰ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਭੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।